ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ। ਆਪਾਂ ਜਦੋਂ 1469 ਈਸਵੀ ਦਾ ਇਤਿਹਾਸ ਪੜ੍ਹਦੇ ਹਾਂ, ਯਾਨੀ ਕਿ 14ਵੀਂ ਈਸਵੀ ਦਾ ਇਤਿਹਾਸ ਪੜ੍ਹਦੇ ਹਾਂ, ਸਾਨੂੰ ਇਹ ਗੱਲ ਸਹਿਜ ਸਮਝ ਵਿੱਚ ਆਉਂਦੀ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪ੍ਰਚਾਰ ਦੌਰੇ ਕਰਨ ਵਾਸਤੇ ਘਰੋਂ ਤੁਰਨ ਲੱਗੇ ਨੇ ਨਾ, ਉਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਬਾਬਾ ਦੇਖਿਆ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਸਾਹਿਬ ਜੀ ਵੇਖਦੇ ਵੀ ਨੇ ਤੇ ਧਿਆਨ ਵੀ ਰੱਖਦੇ ਨੇ। ਚਲਦੀ ਸਭ ਪ੍ਰਿਥਵੀ ਦਿਸ ਆਏ, ਸਾਰੇ ਸੰਸਾਰ ਦੇ ਲੋਕ ਦੁਖੀ ਨੇ, ਕੋਈ ਕਿਸ ਤਰੀਕੇ ਦੇ ਨਾਲ ਦੁੱਖ ਭੋਗ ਰਿਹਾ, ਕੋਈ ਕਿਸੇ ਨੂੰ ਰਾਜਾ ਲੁੱਟ ਰਿਹਾ, ਕਿਸੇ ਨੂੰ ਕੋਈ ਧਾਰਮਿਕ ਬ੍ਰਾਹਮਣ ਲੁੱਟ ਰਿਹਾ, ਕਿਸੇ ਨੂੰ ਕੋਈ ਪੰਡਿਤ, ਕੋਈ ਵੀ ਮਤਲਬ ਆਪਾਂ ਕਹਿ ਸਕਦੇ। ਹਾਂਜੀ ਅੱਗੇ ਕਲਿੱਕ ਕਰੋ ਜੀ। ਖੂਹ ਅਤੇ ਪਿਆਸੇ ਦਾ ਸੰਬੰਧ ਨੈਕਸਟ। ਹਾਂਜੀ, ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਖੂਹ ਚੱਲ ਕੇ ਪਿਆਸਿਆਂ ਕੋਲ ਗਿਆ ਹੋਵੇ। ਜਦੋਂ ਹੁਣ ਆਪਾਂ ਨੂੰ ਪਿਆਸ ਲੱਗਦੀ ਹੈ, ਗੁਰਬਾਣੀ ਦੇ ਮੈਂ ਫੈਸਲਾ ਨਾਲ ਦੀ ਨਾਲ ਤੁਹਾਡੇ ਨਾਲ ਸਾਂਝਾ ਕਰਾਂਗਾ। ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਸਰੀਰ ਹੈ ਨਾ, ਸਰੀਰ ਦੀ ਜਿਹੜੀ ਪਿਆਸ ਹੈ, ਯਾਨੀ ਕਿ ਜਿਹੜੀ ਸਾਨੂੰ ਪਿਆਸ ਲੱਗਦੀ ਹੈ, ਉਹ ਪਾਣੀ ਦੂਰ ਕਰ ਸਕਦਾ ਹੈ। ਪਾਣੀ ਸਾਡੇ ਮਨ ਦੀ ਮੈਲ ਨਹੀਂ, ਤਨ ਦੀ ਮੈਲ ਦੂਰ ਕਰੇਗਾ ਤੇ ਗੁਰਬਾਣੀ ਸਾਡੇ ਮਨ ਦੀ ਮੈਲ ਦੂਰ ਕਰੇਗਾ। ਕਿਉਂਕਿ ਖੂਹ ਚੱਲ ਕੇ ਪਿਆਸਿਆਂ ਕੋਲ ਗਿਆ, ਕਹਿਣ ਦਾ ਭਾਵ ਆ ਲੋਕ ਸਿੱਖਣਾ ਚਾਹੁੰਦੇ ਨੇ, ਕੋਈ ਸਿਖਾ ਨਹੀਂ ਰਿਹਾ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਖੂਹ ਦੀ ਨਿਆਈ ਨੇ, ਇੱਕ ਸਮੁੰਦਰ ਦੀ ਨਿਆਈ ਨੇ, ਉਹ ਆਪ ਤੁਰ ਕੇ ਲੋਕਾਂ ਦੇ ਵਿੱਚ ਪ੍ਰਚਾਰ